ਅਸੀਂ ਸ਼ਾਇਦ ਪਰਫਾਰਮੈਂਸ ਵੀ ਤਿਆਰ ਕਰੀਏ। ਸੋ ਜਨਵਰੀ ਅਤੇ ਰਾਮ ਮੰਦਿਰ ਦਾ ਉਦਘਾਟਨ, ਜੋ ਕਿ ਡਿਜੀਟੈਕ ਦਾ ਟ੍ਰਾਈਪੋਡ, ਹੁਣ ਕਰਦੇ ਹਾਂ ਅਨਬੋਕਸਿੰਗ ਦੀ। ਪਹਿਲਾਂ ਤਾਂ ਆਈ ਲਾਈਕ ਇਟ, ਕਰ ਲਿਆ ਜੀ ਆਪਾਂ ਸਿਸਟਮ ਸੈੱਟ। ਲੰਗਰ ਵੀ ਲੱਗੇ, ਮੈਂ ਲੰਗਰ ਲੱਗੇ ਮੈਂ ਜਗ੍ਹਾ ਜਗ੍ਹਾ ਜਨਵਰੀ ਤੇ ਆਪਣਾ ਵਲੋਗ ਬਣ ਰਿਹਾ, ਡੇਲੀ ਵਲੋਗ ਹੁਣ ਆ ਰਹੇ ਨੇ। ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਆ ਕਰੋ, ਬਾਕੀ ਉਰੇ ਵੀ ਦੇਖ ਲਓ ਆਪਣੀ ਅੱਜ ਦੀ ਵੀਡੀਓ ਵੀ। ਅੱਜ ਦੀ ਨਹੀਂ, ਥੋੜ੍ਹੀ ਮਤਲਬ ਜਿਹੜੀ ਤੁਸੀਂ ਦੇਖ ਚੁੱਕੇ ਹੋਵੋਗੇ ਉਹ ਵੀਡੀਓ ਰੈਂਡਰ ਹੋ ਰਹੀ ਹੈ, ਹੁਣ ਅਪਲੋਡ ਕਰਨ ਲੱਗੇ ਹਾਂ। ਅੱਜ ਸ਼ੋਪ 'ਤੇ ਵੀ ਨਹੀਂ ਗਿਆ, ਟਾਈਮ ਹੋ ਗਿਆ ਸਵੇਰ ਦੇ 10:15। ਅੱਜ ਉੱਠ ਵੀ ਜਲਦੀ ਗਿਆ ਸੀਗਾ, ਮੈਂ ਉੱਠ ਗਿਆ ਸੀਗਾ ਆਈ ਥਿੰਕ 5:30-6:30 ਉੱਠ ਗਿਆ ਸੀ। ਫਿਰ ਨਹਾ ਧੋ ਕੇ ਤਿਆਰ ਤਿਉਰ ਹੋ ਕੇ ਬਹਿ ਗਏ ਸੀ ਆਪਾਂ ਉਰੇ, ਮੈਂ ਵਲੋਗ ਐਡਿਟ ਕਰਨਾ, ਉਸ ਤੋਂ ਬਾਅਦ ਫਿਰ ਕੰਮ ਕੁੰਮ ਹੈ, ਫਿਰ ਜਿੰਮ ਜਾਣਾ। ਬਾਕੀ ਤੁਹਾਨੂੰ ਦੱਸਿਆ ਸਿਸਟਰ ਦਾ ਵਿਆਹ ਆ ਰਿਹਾ, ਅਸੀਂ ਸ਼ਾਇਦ ਪਰਫੋਰਮੈਂਸ ਵੀ ਤਿਆਰ ਕਰੀਏ। ਸੋਚ ਰਹੇ ਹਾਂ ਅੱਜ ਉਹਦੀ ਪਲੈਨਿੰਗ ਆਊਟ ਕਰਦੇ ਹਾਂ, ਅਤੇ 3-4 ਦਿਨ ਹੀ ਰਹਿ ਗਏ ਉਹਦੇ 'ਚ ਵੀ। ਸੋ ਇਹ ਵੀਡੀਓ ਇੱਧਰ ਅਪਲੋਡ ਹੋ ਰਹੀ ਆ ਆਪਣੀ। ਸੋ ਆਪਾਂ ਬੈਠੇ ਵੀ ਦੇਖ ਰਹੇ ਹਾਂ, ਹਜੇ 5 ਮਿੰਟ ਦਿਖਾਈ ਜਾਂਦਾ, ਕਦੇ 6 ਮਿੰਟ ਦਿਖਾਈ ਜਾ ਰਿਹਾ, 7 ਮਿੰਟ ਦਿਖਾਈ ਜਾ ਰਿਹਾ। ਸੋ ਦੇਖ ਰਹੇ ਹਾਂ, ਵੀਡੀਓ ਅਪਲੋਡ ਕਰਕੇ ਚੱਲਦੇ ਹਾਂ ਆਪਾਂ, ਥੋੜ੍ਹਾ ਕੰਮ ਹੋਣੇ 11 ਹੋ ਗਏ, ਅਤੇ ਕੰਮ ਕੁੰਮ ਕਰਕੇ ਫਿਰ ਆਪਾਂ ਜਾਵਾਂ ਜਿੰਮ। ਐਂਡ ਹੁਣ ਇੱਕ ਪੈਕੇਜ ਖੋਲ੍ਹਦੇ ਹਾਂ, ਇੱਕ ਵਾਰ ਵੀਡੀਓ ਅਪਲੋਡ ਕਰਦਾ। ਸੋ ਗਾਈਜ਼, ਅੱਜ ਹੈਗੀ 1st of all ਦਾ 22 ਜਨਵਰੀ, ਅਤੇ ਅੱਜ ਹੈਗਾ ਅਯੋਧਿਆ 'ਚ ਰਾਮ ਮੰਦਿਰ ਦਾ ਉਦਘਾਟਨ, ਜੋ ਕਿ ਬੜੇ ਸਾਲਾਂ ਤੋਂ ਬਣ ਰਿਹਾ ਸੀਗਾ, ਆਈ ਥਿੰਕ 4-5 ਸਾਲਾਂ ਤੋਂ ਬਣ ਰਿਹਾ ਸੀ ਰਾਮ ਜੀ ਦਾ ਮੰਦਿਰ, ਅਤੇ ਅੱਜ ਉਹਦਾ ਉਦਘਾਟਨ ਹੈ। ਸਭ ਤੋਂ ਵੱਡਾ ਦਿਨ ਹੈ ਅੱਜ, ਅਤੇ ਅੱਜ 22 ਜਨਵਰੀ, ਸਾਰੇ ਇੰਡੀਆ ਦੀ ਵੀ ਛੁੱਟੀ ਆ ਆਲਮੋਸਟ, ਬੈਂਕਿੰਗ ਸੈਕਟਰ ਵੀ ਸ਼ਾਇਦ ਬੰਦ ਨੇ। ਹਾਂਜੀ ਗਾਈਜ਼, ਸੋ ਬੜੇ ਚਿਰ ਤੋਂ ਇੰਤਜ਼ਾਰ ਸੀ, ਇੰਤਜ਼ਾਰ ਤਾਂ ਕੀ ਨਹੀਂ ਸੀ, ਪਹਿਲਾਂ ਵੀ ਮੰਗਾਈ ਸੀ ਇਹ ਚੀਜ਼, ਬਟ ਉਹ ਪਤਾ ਨਹੀਂ ਕਿੱਥੇ ਗਈ, ਬ੍ਰਦਰ ਨੇ ਰੱਖ ਲਈ, ਆਪਾਂ ਨੇ ਮੰਗਾਈ ਸੀ। ਆਪਣੇ ਕੋਲ ਆ ਗਿਆ ਪੈਕੇਜ ਡਿਜੀਟੈਕ ਦਾ ਟ੍ਰਾਈਪੋਡ, ਹੁਣ ਇਹਦੇ ਨਾਲ ਆਪਾਂ ਜਿੰਮ ਜਿੰਮ ਵਧੀਆ ਵਧੀਆ ਸ਼ੂਟ ਕਰਿਆ ਕਰਾਂਗੇ। ਐਂਡ ਆਪਣਾ ਵੀ ਜਿੱਥੇ ਟਰੈਵਲ ਟਰੂਵਲ ਆਪਣੇ ਕੋਲ ਇਹ ਵਾਲਾ, ਜਿੱਥੇ ਉਹਨਾਂ ਆਦਿ ਕੁਛ ਸਟੈਂਡ ਲਾ ਰੱਖਿਆ ਮੈਂ, ਇਹ ਦੂਸਰੇ ਵਾਲਾ ਟ੍ਰਾਈਪੋਡ ਹੈ, ਮਤਲਬ ਇਹ ਛੋਟਾ ਹੈ, ਅਤੇ ਇਸ ਲਈ ਆਪਾਂ ਇਹ ਵੱਡੇ ਵਾਲਾ ਮੰਗਵਾਇਆ ਡਿਜੀਟੈਕ ਦਾ। ਇਹਦੀ ਹਾਈਟ ਵੀ 6 ਫੁੱਟ ਤੱਕ ਹੈਗੀ। ਸੋ ਇਹਨੂੰ ਖੋਲ੍ਹ ਕੇ ਸਾਨੂੰ ਕਰਦੇ ਹਾਂ ਅਨਬੋਕਸਿੰਗ ਦੀ। ਪਹਿਲਾਂ ਤਾਂ ਇਹਦੇ ਨਾਲ ਲੈ ਲਓ ਟਾਈਟਲ ਵੀ ਜ਼ਰੂਰੀ ਹੈਗਾ ਜੀ ਵਲੋਗ ਦਾ, ਥੰਬਨੇਲ ਸੋਰੀ। ਕਵਰ ਦਾ ਘੈਂਟ ਲੱਗ ਰਿਹਾ ਬਾਈ, ਆਈ ਲਾਈਕ ਇਟ। ਖੁੱਲ ਗਿਆ
ਲਿਆ, ਅੱਜ ਜਿੰਮ ਵੀ ਲੈ ਕੇ ਜਾਵਾਂਗੇ ਆਪਾਂ, ਇਹ ਆ ਗਿਆ ਸੀ ਬੈਗ ਵਧੀਆ ਮੇਨ ਤਾਂ ਇਹਦਾ, ਬੈਗ ਨਾਲ ਕੈਰੀ ਹੋ ਸਕਦਾ, ਕਾਰ 'ਚ ਰੱਖ ਲਾਂਗੇ ਆਰਾਮ ਨਾਲ। ਦੇਖੀਏ ਬਾਈ ਜੀ, ਮੋਬਾਈਲ ਮਾਊਂਟ ਵੀ ਮਿਲਿਆ ਜਿਹੜਾ ਆਪਾਂ ਨੂੰ ਮੇਨ ਮੋਬਾਈਲ ਮਾਊਂਟ ਦੀ ਲੋੜ ਪੈਣਾ, ਬਾਕੀ ਸਮਝਦੇ ਹਾਂ ਹਜੇ ਚੰਗੀ ਤਰ੍ਹਾਂ ਅਨਬੋਕਸ ਵੀ ਨਹੀਂ ਕੀਤੀ, ਸਮਝਦੇ ਹਾਂ ਇਹਨੂੰ। ਓ ਫੱਕ ਮੈਨ, ਬੜੀਆ ਬੜੀਆ ਸਭ ਬੜੀਆ, ਇਹ ਖੁੱਲ੍ਹਿਆ ਕੈਸੇ, ਠੀਕ ਹੈ ਗਾਈਜ਼ ਵਧੀਆ, ਕਮੈਂਟ ਸੈਕਸ਼ਨ ਦੱਸਿਓ ਕਿਵੇਂ ਲੱਗਿਆ। ਗਾਈਜ਼ ਜੋ ਕਰ ਲਿਆ ਜੀ ਆਪਾਂ ਸਿਸਟਮ ਸੈੱਟ, ਅੱਜ ਜਿਵੇਂ ਜਿਵੇਂ ਵਧੀਆ ਕੰਟੈਂਟ ਬਣੇਗਾ, ਅਰੇ ਯਾਰ ਇਸਕੋ ਐਸੇ ਪਕੜਨੇ ਕਾ, ਇਸਕੋ ਯਾਰ ਇਹ ਸਿਸਟਮ ਜਾ ਨਾ ਸੈੱਟ ਮਾੜਾ ਜਿਹਾ, ਇਸਕੋ ਐਸੇ ਐਸੇ ਵੀ ਹੋ ਸਕਤਾ ਜੀ, ਹੈ ਨਾ। ਸੋ ਕਮੈਂਟ ਜੀ ਦੱਸਿਓ ਕਿਵੇਂ ਲੱਗ ਰਿਹਾ ਆਪਣਾ ਨਵਾਂ ਐਟਮ। ਸੋ ਗਾਈਜ਼ ਹੁਣ ਇਹਨੂੰ ਆਪਾਂ ਕਰਤਾ ਪੈਕ, ਪੈਕ ਇਸ ਲਈ ਕਰਤਾ ਬਿਕੋਜ਼ ਮੈਂ ਕਿਹਾ ਹੁਣ ਪੈਕ ਰਹਿਣ ਦਿੰਦੇ ਹਾਂ, ਸੋ ਹੁਣ ਆਪਾਂ ਜਿੰਮ ਲੈ ਜਾਵਾਂਗੇ ਇਹਨੂੰ ਨਾਲ ਬਾਕੀ। ਸੋ ਗਾਈਜ਼ ਘਰੋਂ ਨਿਕਲ ਗਏ ਜੀ ਆਪਾਂ ਜਿੰਮ ਵਾਸਤੇ, ਜਿੰਮ ਜਾਵਾਂਗੇ। ਸੋ ਆਪਾਂ ਜਾਣਾ ਪਹਿਲੇ ਜਿੰਮ, ਜਿੰਮ ਨਹੀਂ ਜਾਣਾ ਪਹਿਲੇ ਇੱਕ ਸਮਾਨ ਦੇਣਾ ਆਪਾਂ ਰਸਤੇ। ਸੋ ਅੱਜ ਰਾਮ ਮੰਦਿਰ ਕਰਕੇ ਜਗ੍ਹਾ ਜਗ੍ਹਾ ਲੰਗਰ ਵੀ ਲੱਗੇ, ਮੈਂ ਬਹੁਤ ਬਹੁਤ ਮੁਬਾਰਕਾਂ ਸਭ ਨੂੰ, ਸਾਰੇ ਪਾਸੇ ਲੰਗਰ ਲੱਗੇ ਆ ਵਧੀਆ, ਬਟ ਆਪਾਂ ਨਹੀਂ ਖਾਣਾ ਲੰਗਰ, ਪਰ ਵਧੀਆ ਗੱਲ ਹੈ ਜਿਹੜੇ ਲੰਗਰ ਲੱਗੇ ਮੈਂ ਸਾਰੇ ਪਾਸੇ, ਆ ਦੇਖੋ ਇੱਧਰ ਵੀ ਲੱਗਿਆ ਵਾ, ਉਹ ਸਾਰੇ ਪਾਸੇ ਬਾਜ਼ਾਰ 'ਚ, ਆ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਂਦਾ। ਇੱਕ ਸਮਾਨ ਫੜਾ ਕੇ ਫਟਾਫਟ ਜਿੰਮ ਜਾਣਾ ਆਪਾਂ, ਜਿੰਮ ਜੁੰਮ ਲਾ ਕੇ ਵਰਕਆਊਟ ਲਾ ਕੇ, ਔਰ ਮੈਂ ਜਲਦਬਾਜ਼ੀ ਜੋ ਵੀ ਭੁੱਲ ਗਿਆ ਆਪਣਾ ਟ੍ਰਾਈਪੋਡ ਘਰ ਹੀ ਭੁੱਲ ਗਿਆ, ਕੋਈ ਗੱਲ ਨਹੀਂ ਕੱਲ੍ਹ ਆਪਾਂ ਕਾਰ 'ਚ ਹੀ ਰੱਖ ਲਵਾਂਗੇ, ਫਿਰ ਕਾਰ 'ਚ ਹੀ ਪਿਆ ਰਹੇਗਾ। ਦੇਖੋ ਕੋਈ ਅੰਦਰ ਲੱਗੇ ਹੋਏ ਜਗ੍ਹਾ ਇਹ ਆਪਣੇ ਬਾਜ਼ਾਰ ਦੀ ਵੀਡੀਓ, ਅੰਦਰ ਲੱਗੇ ਹੋਏ ਜਗ੍ਹਾ ਜਗ੍ਹਾ ਇੱਧਰ ਵੀ ਲਗਾਇਆ ਵਾ, ਚਾਹ ਦਾ ਲੰਗਰ, ਪਕੌੜਿਆਂ ਦਾ ਲੰਗਰ, ਸਮੋਸਿਆਂ ਦਾ ਲੰਗਰ, ਅੱਡ ਅੱਡ ਲੰਗਰ ਲੱਗੇ ਨੇ। ਆਹ ਗਾਈ ਜੂਰੇ ਹੀ ਲੰਗਰ ਲਗਾਇਆ ਵਾ ਦੇਖੋ, ਹੁਣ ਜਿੰਮ ਦੇ ਬਾਹਰ ਹੀ ਜਾਵਾਂ, ਜਿੰਮ ਲਈ ਮਾਰਕੀਟ ਦੇ ਬਾਹਰ ਲਾਈਕ ਪੂਰਾ ਵਧੀਆ ਲੰਗਰ ਲੁੰਗਰ ਲਾ ਰੱਖਿਆ, ਹੁਣ ਉਰੇ ਟਾਸਕ ਹੈ ਗੱਡੀ ਲੱਭਣਾ। ਆਹ ਦੇਖੋ ਆਹ ਗੱਡੀ ਨਿਕਲੀ ਆ ਹੁਣੀ, ਇਹਦੇ ਵਿੱਚ ਹੀ ਘਸੇੜ ਦੇਗੀ। ਚੇਂਜ ਚੂੰਜ ਕਰ ਲਿਆ, ਹੋਰ ਰਿਲੈਕਸਮੈਂਟ ਹੋ ਗਏ ਜਾਂਦੇ ਸਾਨੂੰ, ਬਹੁਤ ਜ਼ਿਆਦਾ ਪ੍ਰੈਸ਼ਰ ਪੈ ਗਏ ਬਹੁਤ ਤੇਜ਼। ਸੋ ਉਹਨਾਂ ਨੂੰ ਕਿਹਾ ਆਪਾਂ ਵਰਕਆਊਟ ਚੂੰਜਿੰਗ ਕਰਦੇ ਹਾਂ, ਵਰਕਆਊਟ ਕਰਦੇ ਹਾਂ। ਸੋ
this is my first exercise bench press ਜਿਹਦਾ ਕਿ ਤੁਸੀਂ ਦੱਸ ਦਿੱਤਾ ਭਾਅ ਜੀ ਇਹ ਬਣਾਇਓ ਵੀਡੀਓ ਬਸ ਡਨ ਵੀ ਦਾ ਵਰਕਆਊਟ ਆਪਣਾ ਵਰਕਆਊਟ ਵਗੈਰਾ ਹੋ ਗਿਆ ਸਭ ਕੁਝ ਹੋ ਗਿਆ ਡਨ ਬਸ ਜ਼ਿਆਦਾ ਵੀਡੀਓ ਨਹੀਂ ਬਣਾਈ ਬਿਕੋਜ਼ ਜਲਦੀ ਜਲਦੀ ਜਿਵੇਂ ਲਾ ਲਿਆ ਵਰਕਆਊਟ ਆਪਣੇ ਜਾਣਾ ਵੀ ਆ ਹੁਣ ਅਤੇ ਹੁਣ ਕਾਰਡੀਓ ਕਰਨ ਲੱਗ ਗਿਆ ਘੰਟਾ ਕਾਰਡੀਓ ਲਾਵਾਂ ਹੁਣ ਹੀ ਆ ਮਤਲਬ 3:40 ਹੋ ਗਏ ਦੇਖੋ ਮਤਲਬ ਘੰਟਾ ਕਰਦੇ ਕਰਦੇ 4:40 ਹੋ ਜਾਵੇਗੇ 10-15 ਮਿੰਟ ਮੀਲ ਖਾਣ ਨੂੰ ਲੱਗੇਗੇ 5 ਵਜੇ ਆਪਾਂ ਬੰਦੇ ਨੂੰ ਮਿਲਣ ਜਾਣਾ ਇੱਕ ਮੀਟਿੰਗ ਹੈ ਅਤੇ ਨਾਲ ਆਪਣੇ ਮਾਮਾ ਜੀ ਦੇ ਮੁੰਡੇ ਨੇ ਵੀ ਜਾਣਾ ਮਿਲਣ ਉਸ ਤੋਂ ਬਾਅਦ ਦੇਖਣਾ ਸ਼ੈਪ ਕਰਨ ਬਾਅਦ ਜਾਵਾਂਗੇ ਜਾਂ ਕਲੋਨੀ ਜਾਵਾਂਗੇ ਜਾਂ ਪੈਦਲ ਗੁਰਦੁਆਰੇ ਜਾਵਾਂਗੇ ਦੇਖਦੇ ਹਾਂ ਜਿਵੇਂ ਸੈਟਲਮੈਂਟ ਹੋਈ ਆਪਣੀ ਬਾਕੀ ਚੱਲਦੇ ਹਾਂ ਹੁਣ ਪਹਿਲੇ ਲਾਉਂਦੇ ਹਾਂ ਕਾਰਡੀਓ ਸੁਬਹਾ ਜਿੱਦਾਂ ਮੇਰਾ ਕਾਰਡੀਓ ਸੈਸ਼ਨ ਉੱਠ ਰਹੇ ਨਾਲ ਫੁੱਲ ਅਤੇ ਮੈਂ ਫੁੱਲ ਲੈ ਕੇ ਉਹ ਕੀਤਾ ਮੈਂ ਗੱਡੀ ਜਾ ਕੇ ਦਿੱਤਾ ਚੇਂਜ ਕਰਨਾ ਇੱਕ ਵਾਰ ਪਸੀਨਾ ਆਪ ਹੈ ਅਤੇ ਹਾਂਜੀ ਸੋ ਗਾਈਸ ਮੈਂ ਕਹਿ ਰਿਹਾ ਸੀ ਨਾ ਹੋਰੇ ਜੋ ਕਹਿ ਰਿਹਾ ਸੀਗਾ ਅੱਜ ਕਾਰਡੀਓ ਬਿਲਕੁਲ ਨਹੀਂ ਲੱਗ ਰਹੀ ਸੀ ਕਾਰਡੀਓ ਇਸ ਲਈ ਨਹੀਂ ਲੱਗ ਰਹੀ ਸੀ ਬਿਕੋਜ਼ ਮੈਂ ਪ੍ਰੀ ਵਰਕਆਊਟ ਵੀ ਗਿਆ ਸੀ ਕਫੀਨ ਵੀ ਅੰਦਰ ਗਏ ਵੀ ਸੀ ਇਹਦਾ ਰੀਜ਼ਨ ਕੀ ਹੈ ਕਿਉਂਕਿ ਖਲ ਮੈਂ ਵਿਆਹ 'ਤੇ ਥੋੜ੍ਹਾ ਜਿਹਾ ਖਾ ਲਿਆ ਤਾਂ ਕਰਕੇ ਬਿਕੋਜ਼ ਜਦੋਂ ਆਪਾਂ ਇੱਕ ਸੋਰਸ ਆਫ ਡਾਇਟ 'ਤੇ ਹੁੰਦੇ ਹਾਂ ਨਾ ਹਾਈ ਪ੍ਰੋਟੀਨ ਡਾਇਟ 'ਤੇ ਆ ਕਿਸੇ 'ਤੇ ਅਤੇ ਇੱਕੋਦਮ ਜੇ ਫੂਡ ਗਰੁੱਪ ਥੋੜ੍ਹਾ ਚੇਂਜ ਕਰਦੇ ਹਾਂ ਤਾਂ ਉਹ ਫੈਟ ਉਹਦੇ ਵਿੱਚ ਕਨਵਰਟ ਹੁੰਦੀ ਹੈ ਇਸ ਲਈ ਆਪਾਂ ਜ਼ੋਰ ਲਾ ਕੇ ਲਾਈ ਪਰ ਲਾਈ ਪੂਰੀ ਘੰਟਾ ਅਤੇ ਹੁਣ ਮੀਲ ਖਾ ਰਹੇ ਹਾਂ ਔਲਰੇਡੀ 5 ਵੱਜ ਚੁੱਕੇ ਨੇ 5 ਵਜੇ ਆਪਾਂ ਸੁਭਾਈ ਹੁਣੀ ਹੋਏ ਹਾਂ ਮੀਟਿੰਗ ਤੋਂ ਫ੍ਰੀ ਹੋਏ ਹਾਂ ਅਤੇ ਆਪਾਂ ਕੀ ਕਹਿੰਦੇ ਹਾਂ ਜਿੱਥੇ ਮਤਲਬ ਮੀਟਿੰਗ ਦਾ ਕੀ ਆਪਾਂ ਬੇਸਿਕਲੀ ਉਹ ਪਰਫੋਰਮੈਂਸ ਬਾਰੇ ਦੱਸਿਆ ਸੀਗਾ ਉਹਦੇ ਬਾਰੇ ਪਤਾ ਕਰਨ ਗਏ ਸੀਗੇ ਅਤੇ ਕੱਲ੍ਹ ਤੋਂ ਕਲਾਸਾਂ ਕਲੂਸਾਂ ਲਾਇਆ ਕਰਾਂਗੇ 2-3 ਘੰਟੇ ਸ਼ਾਮ ਨੂੰ ਹੀ ਇਸੀ ਟਾਈਮ 7 ਤੋਂ 9 ਜਾਂ 7 ਤੋਂ 10 2-3 ਘੰਟੇ ਲਾਇਆ ਕਰਾਂਗੇ ਤਾਂ ਕਿ ਕੋਈ 3-4 ਦਿਨ ਹੀ ਰਹਿ ਗਏ ਸਿਸਟਰ ਦੀ ਮੈਰਿਜ ਨੂੰ ਵੀ ਵਧੀਆ ਸਿੱਖ ਜਾਵਾਂਗੇ ਬਾਕੀ ਕੀ ਕਹਿੰਦੇ ਨੇ ਹੁਣ ਜਿੱਥੇ ਆਪਾਂ ਗਏ ਸੀਗੇ ਉਸ ਉਹਦੇ ਕੋਲ ਹੀ ਆਪਾਂ ਲਾਤੀ ਗੱਡੀ ਉਹਦੇ ਕੋਲ ਹੀ ਪੈਂਦਾ ਜਿੱਥੇ ਆਪਾਂ ਰੋਜ਼ ਗੁਰਦੁਆਰੇ ਆਉਂਦੇ ਹਾਂ ਮੋਤੀ ਬਾਗ ਸਾਹਿਬ ਉੱਥੇ ਹੁਣ ਆਪਾਂ ਇੱਧਰ ਪੈਦਲ ਹੀ ਆ ਗਏ ਮੋਤੀ ਬਾਗ ਸਾਹਿਬ ਦਰਸ਼ਨ ਵਗੈਰਾ ਕਰ ਲਿਆ ਆਪਾਂ ਮੋਤੀ ਬਾਗ ਸਾਹਿਬ ਦੇ ਹੁਣ ਥੋੜ੍ਹਾ ਜਿਹਾ ਤੁਰ ਕੇ ਫਿਰ ਘਰ ਸਮਾਨ ਮੰਗਵਾਇਆ ਸਮਾਨ ਲੈ ਕੇ ਘਰ ਚੱਲਦੇ ਹਾਂ ਵੋਕ ਤਾਂ ਅੱਜ ਹਜੇ ਸਟੈਪ ਮੇਰੇ ਬਹੁਤ ਜ਼ਿਆਦਾ ਪਏ ਨੇ ਉਹ ਸਟੈਪ ਜ਼ਿਆਦਾ ਕਰਨੇ ਨੇ ਆਪਾਂ ਸੋ ਅੱਜ ਆਪਾਂ ਆ ਗਏ KFC ਪਾਪਾ ਸੇ ਸਮਾਨ ਲੈਣ ਪਾਪਾ KFC ਉਹਦੇ ਔਡਰ ਦੇਣਾ ਔਨਲਾਈਨ ਗੂਗਲ ਪੇਜ 'ਤੇ ਨਾ ਰਸ਼ ਲਗਾ ਲਓ ਸੋ ਗਾਈਸ ਆਪਾਂ ਹੁਣ ਜਾ ਰਹੇ ਹਾਂ ਜੀ ਵੋਕ ਕਰਨ ਆਪਣੇ ਸਟੈਪਸ ਅਜੇ ਪੂਰੇ ਨਹੀਂ ਹੋਏ ਸੀਗੇ ਤੁਹਾਡੇ ਸਾਹਮਣੇ 20 ਮਿੰਟ ਹੀ ਕੀਤਾ ਸੀ ਫਿਰ ਆਪਾਂ ਘਰ ਆ ਗਏ ਸੀ ਸਮਾਨ ਲੈ ਕੇ KFC ਤੋਂ
ਉਹ ਪਾਪਾ ਨੂੰ ਦਿੱਤਾ ਅਤੇ ਆਪਣਾ ਮੀਲ ਖਾਧਾ, ਜਿਹੜਾ ਰੋਜ਼ ਓਮਲੇਟ ਵਾਲਾ ਮੀਲ ਖਾਂਦੇ ਹਾਂ, ਨਾਲ ਦੋ ਵਿੱਚ ਲੈ ਕੇ ਭੇਜਦੇ। ਐਂਡ ਬਾਕੀ ਹੁਣ ਜਾ ਰਹੇ ਹਾਂ ਆਪਾਂ ਉੱਥੇ ਪਲੋਟ 'ਤੇ। ਟਾਈਮ ਤਾਂ ਜ਼ਿਆਦਾ ਹੋ ਗਿਆ ਅੱਜ, ਪਰ ਕੀ ਕਰੀਏ, ਸਟੈਪਸ ਵੀ ਜ਼ਰੂਰੀ ਹੈ। ਐਂਡ ਹਰ ਇੱਕ ਜਗ੍ਹਾ ਲੰਗਰ ਲੱਗਿਆ ਪਿਆ, ਪ੍ਰੋਗਰਾਮ ਹੋ ਰਿਹਾ ਰਾਮ ਮੰਦਰ ਕਰਕੇ, ਅਲੱਗ ਅਲੱਗ ਜਗ੍ਹਾ ਮੰਦਰ ਕਰਕੇ ਅਲੱਗ ਅਲੱਗ ਪ੍ਰੋਗਰਾਮ ਹੋ ਰਿਹਾ। ਸੋ ਉੱਧਰ ਹੀ ਜਾ ਰਿਹਾ ਹੁਣ ਆਪਾਂ। ਪਹੁੰਚ ਚੁੱਕੇ ਜੀ ਆਪਾਂ ਕਲੋਨੀ 'ਚ। ਅੱਜ ਲਾਈਟਾਂ ਬੰਦ ਕਰਕੇ, ਮੈਂ ਕੱਲ੍ਹ ਤੁਹਾਨੂੰ ਦੱਸਿਆ ਨਾ, ਕੱਲ੍ਹ ਜਾਂ ਪਤਾ ਨਹੀਂ ਪਰਸੋਂ ਦੇ ਵਲੋਗ 'ਚ ਦੱਸਿਆ ਸੀਗਾ ਵੀ ਮੇਰੇ ਕੋਈ ਪ੍ਰੋਗਰਾਮ ਹੈ, ਲਾਈਟਾਂ ਲੱਗ ਰਹੀਆਂ। ਆਈ ਥਿੰਕ ਰਾਮ ਮੰਦਰ ਕਰਕੇ ਹੀ ਲਾਈਟਾਂ ਲਾਈਆਂ, ਵੀ ਵਧੀਆ ਲੱਗੇ ਲਾਈਟਾਂ ਬੰਦ ਕਰੀਆਂ, ਉਸ ਕਰਕੇ ਬਹੁਤ ਵਧੀਆ ਲੱਗ ਰਿਹਾ। ਚੈੱਕ ਕਰੋ, ਵਧੀਆ ਲੱਗ ਰਹੀ ਲਾਈਟਿੰਗ ਉਰੇ ਵੀ ਹੋ ਰੱਖੀ। ਸੋ ਵਲੋਗ ਆਪਾਂ ਕਰਤੀ ਸਟਾਰਟ, ਹੁਣੀ ਪਹੁੰਚਿਆ ਜਸਟ। ਫੋਕਸ ਕਰ ਲਾ ਬਈ, ਫੋਕਸ ਕਰ ਰਿਹਾ ਕੈਮਰਾ। ਸੋ ਵਾਕ ਕਰਦੇ ਹਾਂ, ਪੂਰੇ ਪਟਾਕੇ ਪਟੂਕੇ ਵੱਜ ਰਹੇ ਹਾਂ। ਇੱਕ ਵਾਰ ਫਿਰ ਸਭ ਨੂੰ ਮੁਬਾਰਕਾਂ ਰਾਮ ਮੰਦਰ ਦੀਆਂ, ਰਾਮ ਜੀ ਦੀਆਂ। ਐਂਡ ਉਹ ਸਾਹਮਣੇ ਕੋਈ ਪ੍ਰੋਗਰਾਮ ਹੋ ਰਿਹਾ ਤਾਂ ਕਰਕੇ ਸ਼ਾਇਦ ਲਾਈਟਾਂ ਲੱਗੀਆਂ, ਤਿਆਰ ਹੋ ਕੇ ਵੀ ਨਹੀਂ ਆਏ, ਨਹੀਂ ਤਾਂ ਖਾਣ ਚਲੇ ਜਾਂਦੇ। ਕਈ ਜੇ ਬੋਲ 'ਚ ਕਿੰਨੀਆਂ ਵਧੀਆ ਲੱਗਦੀਆਂ ਨੇ, ਆਹ ਚੈੱਕ ਕਰੋ ਕਿੰਨੀਆਂ ਘੈਂਟ ਲੱਗਦੀਆਂ ਬੋਲ 'ਚ ਜੀ। ਵਧੀਆ ਲਾਈਟਿੰਗ ਕੀਤੀ ਜਾ ਰਹੀ, ਮਤਲਬ ਸਿਰਾ ਲੱਗ ਰਿਹਾ।